शांतमई ढंग दे नाल नेपरे चढ़ाउण दी साडी जिम्मेवारी आ, क्योंकि असी अंदोलन नूं जितना अंदोलन नूं अगे लैके जाणा, क्योंकि लखां ट्रैक्टर जिहड़ा उह आ रिहा ते रूटां ते सानूं जिहड़ी हैगी आ पूरन तौर ते तसल्ली आ। मैं एक छोटी जी गल करके रवि जी उदों तक डिटेल्स देने वास्ते कढ़दे ने। तुहानूं सारयां नूं पता सी इत्थे दो दिन पहला एक मुंडा पुलिस दे हवाले कीता सी जिन्हें बहुत सनसनीखेज खुलासे कीते सी। उहदे बाद पुलिस ने जिहड़ा पुलिस दा तरीका उहदे ढंग नाल दूजे दिन उत्थे उल्टा सिद्धा कुछ कहाया। पर मैं पुछदा कल जिहड़ा एक ट्रक पुलिस वर्दियां दा इत्थे संघू बॉर्डर तों साडे जिहड़े वर्कर सी उहनां ने फड़ के पुलिस नूं दित्ता, उह वर्दियां इत्थे किवें आ गईआं, इहदे माने की है? एक ट्रक कल दा थाने च खड़ा है, पता नहीं हुण अज कितें परे उरे करता होवे कह नहीं सकदे। कल पुलिस नूं फड़ाया पुलिस दीआं वर्दियां दा, बिना नंबर तों गड्डी सी। सारियां जथेबंदियां वल्लों रिटन कंप्लेंट थाने चली गई और ट्रक पुलिस दे हवाले कीता। FIR नहीं हाले ले, उन्होंने करनी है, यही तो करते ने, फिर मर्जी ना करते ने। रिटन कंप्लेंट हैगी है। संजय गांधी ट्रांसपोर्ट नगर आ, उस तो अगे पैंदा बोणा है कंजाब वाला इत्थे इक संजय गांधी कंजावला बादली रेलवे स्टेशन, बादली रेलवे स्टेशन कंजावला तो अगे हैगा जी ਕੁੱਤਬਗੜ ਇਹ ਅੱਗੇ ਹੈਗਾ ਚੰਡੀ ਬਾਰਡਰ ਮੁੜ ਕੇ ਫਿਰ ਕੈਂਪ ਹੀ ਇਸ ਨੂੰ ਆ ਕੇ ਤੇ ਇੱਧਰ ਨੂੰ ਜਿਹੜਾ ਰੇਟ ਆ ਇਹ ਮੇਨ ਹਿੱਸਾ ਵਾ ਜਿਹਦੇ ਤੋਂ ਆਪਾਂ ਘੁੰਮ ਕੇ ਫਿਰ ਵਾਪਸ ਕਿੰਨੇ ਕਿਲੋਮੀਟਰ ਹੈ ਜੀ ਇਹ ਸੌ ਕਿਲੋਮੀਟਰ ਹੈ ਸੌ ਕਿਲੋਮੀਟਰ ਹੈ
ਉਸ ਤੋਂ ਅੱਗੇ ਬਵਾਣਾ ਕਜਾਵਾਲਾ ਤੇ ਕੁਤਬਗੜ ਉਹ ਚੰਦੀ ਬਾਰਡਰ ਹਾਂ ਹਾਂ ਵਾਪਸੀ ਚੰਦੀ ਬਾਰਡਰ ਤੋਂ ਚੰਦੀ ਬਾਰਡਰ ਤੋਂ ਕੇਐਮਪੀ ਚੰਦੀ ਬਾਰਡਰ ਉਹ ਤੋਂ ਕੇਐਮ ਵਾਪਸ ਆ ਕੇਐਮਪੀ ਬਾਰਡਰ ਹਾਂਜੀ ਕਿੰਨੇ ਟਰੈਕਟਰ ਟਰੈਕਟਰਾਂ ਦਾ ਤਾਂ ਕੋਈ ਗਿਣਤੀ ਨਹੀਂ ਜੀ ਅਸੀਂ ਗਿਣਤੀ ਵਹੀਕਲ ਕੋਈ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਕੋਈ ਐਗਰੀਮੈਂਟ ਹੋਈ ਆ ਵੀ ਕਿੰਨੇ ਵਹੀਕਲ ਨੇ ਸਵੇਰ ਤੱਕ ਆਈ ਜਾਣੇ ਕੱਲ ਸ਼ਾਮ ਤੱਕ ਕਿੰਨੇ ਆ ਜਾਂਦੇ ਆ ਇਹਦੀ ਗਿਣਤੀ ਕਰਨੀ ਹਾਂਜੀ ਪਿਛਲੇ ਵਾਲੇ ਜਿਹੜੇ ਬੈਰੀਗੇਟ ਆ ਉਹ ਮਤਲਬ 26 ਨੂੰ ਖੁੱਲ ਜਾਣਗੇ ਜੀ ਤੇ ਇੱਥੇ ਲਗਾਤਾਰ ਕੱਲ ਸ਼ਾਮ ਨੂੰ ਜਿਹੜੇ ਕਿਹੜੇ ਟਰੈਕਟਰ ਲਾਈਨ ਚ ਖੜਨੇ ਆ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਤੇ ਉਹ ਬਕਾਇਦਾ ਰੂਪ ਚ ਕੱਲ ਸ਼ਾਮ ਨੂੰ ਲੱਗ ਜਾਣਗੇ ਜੀ। ਉਸ ਤੋਂ ਅਗਲੇ ਬੰਨੇ ਲੀਡਰਸ਼ਿਪ ਜਿਹੜੀ ਆ ਉਹਨਾਂ ਵਾਸਤੇ ਗੱਡੀਆਂ ਦਾ ਪ੍ਰਬੰਧ ਆ ਉਹ ਸਭ ਤੋਂ ਅਗਲੇ ਬੰਨੇ ਲੀਡਰਸ਼ਿਪ ਹੋ ਗਈ। ਉਸ ਦੇ ਨਾਲ ਜਿਹੜੀਆਂ ਸਾਡੀਆਂ ਝਾਕੀਆਂ ਉਹ ਵੱਖ ਵੱਖ ਰੂਪਾਂ 'ਚ ਬਣ ਰਹੀਆਂ ਵਾਂ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਨਾਇਕ ਆ ਕਿਸਾਨੀ ਦੀ ਲੜਾਈ ਦੇ, ਉਹਨਾਂ ਦਾ ਵੀ ਉਹ ਹਿੱਸਾ ਉਹਦੇ ਨਾਲ ਝਾਕੀ ਆ। 26 ਤਰੀਕ ਨੂੰ
ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ, ਉਹਨਾਂ ਦਾ ਸ਼ਹੀਦੀ ਦਿਹਾੜਾ ਵਾ, ਉਹਦੇ ਜਨਮ ਦਿਹਾੜਾ, ਉਸ ਦੇ ਨਾਲ ਵੀ ਉਹ ਜੋੜ ਕੇ ਅਸੀਂ ਉਹਨਾਂ ਦੀ ਝਾਕੀ ਨੂੰ ਵੀ ਲੈ ਕੇ ਉਹਦੇ 'ਤੇ ਚਲਾਉਣਾ, ਕਾਨੂੰਨਾਂ ਵਾਲੀਆਂ ਝਾਕੀਆਂ ਵਾ ਉਹਦੇ ਨਾਲ ਜੋੜ ਕੇ, ਜਿਹੜਾ ਸਾਡੇ ਕਾਨੂੰਨ ਆ ਉਹਨਾਂ ਦੇ ਵੱਖ ਵੱਖ ਹਿੱਸਾ, ਇਵੇਂ ਜਿਹੜਾ ਪਗੜੀ ਸੰਭਾਲੋ ਜੱਟਾ ਲਹਿਰ ਆ ਉਹਦੇ 'ਤੇ, ਮੰਨ ਲਓ ਉਸ ਸਮੇਂ ਦੀ ਕਿਸਾਨੀ ਵਾਲੀ ਹਾਲਤ ਆ, ਉਹਨੂੰ ਜੋੜ ਕੇ ਉਹ ਝਾਕੀਆਂ ਵੀ ਚੱਲਣਗੀਆਂ। ਇਹ ਵੱਖ ਵੱਖ ਝਾਕੀਆਂ ਦਾ ਹਿੱਸਾ ਉਹਦੇ 'ਚੋਂ ਸਾਡੀ, ਮੰਨ ਲਓ ਇਹ ਤੈਅ ਆ ਕਿ ਵੱਖ ਵੱਖ ਹਿੱਸਿਆਂ ਦੀਆਂ ਜਿਹੜੀਆਂ ਔਰਤਾਂ ਵਾ ਆਪਣੇ ਪਹਿਰਾਵੇ ਦੇ ਵਿੱਚ ਹੋਣਗੀਆਂ, ਉਹਨਾਂ ਦਾ ਜਿਹੜਾ ਵਾ ਉਹਦੇ 'ਚ ਜੇ ਚੱਲਦਾ ਰਹਿੰਦਾ ਵਾ, ਲਾਈਟ ਦਾ ਕਿਵੇਂ ਪ੍ਰਬੰਧ ਕਰਨਾ ਵਾ, ਉਹ ਸਾਰਾ ਸਿਸਟਮ ਜਿਹੜਾ ਉਹਦੇ 'ਚੋਂ ਬਣਿਆ ਹੋਇਆ ਵਾ। ਵਲੰਟੀਅਰ ਕਿੰਨੇ ਸਮੇਂ 'ਤੇ ਕਿੰਨੀ ਡਿਊਟੀ ਦੇਣਗੇ, ਉਸ ਤੋਂ ਬਾਅਦ ਉਹ ਉਸ ਤੋਂ ਬਾਅਦ ਰੈਸਟ 'ਤੇ ਚਲੇ ਜਾਣਗੇ, ਉਹਨਾਂ ਦੇ ਥਾਂ 'ਤੇ ਜਿਹੜੇ ਨਵੇਂ ਵਲੰਟੀਅਰ ਉਹਦੇ 'ਤੇ ਆਉਣਗੇ, ਉਹ ਸਾਰਾ ਬਕਾਇਦਾ ਤੂਤ ਤੈਅ ਆ, ਕਿਉਂਕਿ ਉਸ ਵਲੰਟੀਅਰ ਜਿਹੜੇ ਸਾਨੂੰ ਅਸੀਂ ਤੈਅ ਕੀਤੇ ਕਿੱਥੇ ਕਿੱਥੇ ਲੱਗਣੇ ਆ, ਉਹਦੀ ਰਿਜ਼ਰਵ ਫੋਰਸ ਉਹ ਬਕਾਇਦਾ ਰੂਪ 'ਚ ਸਾਡੀ ਤਿਆਰ ਵਾ, ਉਹਦੇ ਮੁਤਾਬਕ ਅਸੀਂ ਲੋੜ ਪੈਣ 'ਤੇ ਕਦੋਂ ਅਤੇ ਕਿੰਨੀ ਉਹਨਾਂ ਦਾ ਜਿਹੜੇ ਟਿੱਕਰੀ ਵਾਲੇ ਆ ਉਸ ਤਰ੍ਹਾਂ ਉਹਨਾਂ ਨੇ ਉੱਧਰ ਵੀ ਕਰਨਾ, ਇੱਧਰੋਂ ਹੈਗਾ ਨਗਲੋਈ ਆ, ਉਹਦਾ ਨਵਜਗੜ ਆ, ਢਾਸਾ ਵਾ, ਬਾਦਲੀ ਆ, ਤੇ ਉਸ ਤੋਂ ਬਾਅਦ ਨੰਗਲੋਈ, ਤੁਸੀਂ ਆਹ ਮੈਨੂੰ ਜਾਪਦਾ ਉਹਦੇ ਵਿੱਚ ਆ ਜਾਣਾ ਕਿ ਵੱਖਰਾ ਲਿਖਣਾ, ਨੰਗਲੋਈ, ਨਜਫਗੜ, ਹਾਂ, ਉਡਾਸਾ ਤੇ ਬਾਦਲੀ, ਉਹਦੇ ਤੋਂ ਫਿਰ ਅਸੀਂ KMP ਤੇ ਚੜ੍ਹ ਜਾਣਾ, KMP ਦੇ ਉੱਪਰ ਵਾਪਸ ਉਸੇ ਹਿੱਸੇ ਦੇ ਵਿੱਚ ਜਾਣਾ। ਉਸ ਤਰ੍ਹਾਂ ਉਹਨਾਂ ਦਾ ਜਿਹੜਾ ਸਫ਼ਰ ਆ ਉਹ ਦੂਸਰਿਆਂ ਨਾਲੋਂ ਵੱਧ ਵਾ, ਉਹ 110 ਕਿਲੋਮੀਟਰ ਦੇ ਲਗਭਗ ਪੈ ਜਾਂਦਾ, ਉਹ ਇਹਦੇ ਨਾਲੋਂ ਰੂਟ ਵੱਡਾ ਵਾ। ਅੱਛਾ, ਹੁਣ ਦੱਸਿਓ ਜਿਹੜੇ ਪ੍ਰਵਾਨਿਤ ਨਾਰੇ ਆ ਜੀ, ਉਹ ਤੁਸੀਂ ਤੈਅ ਕੀਤੇ ਆ ਜਾਂ ਦਿੱਲੀ ਪੁਲਿਸ ਦੇ ਵੱਲੋਂ ਤੁਹਾਨੂੰ ਕੋਈ ਕੰਡੀਸ਼ਨ? ਪੁਲਿਸ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਸਾਡਾ ਅੰਦੋਲਨ ਹੈ ਨਵਾਂ ਮੂੰਹ ਚ ਨਾ ਪਾਓ, ਸਾਡੇ ਕਿਸਾਨ ਚਲਾ ਰਹੇ ਨਾ ਕਿ ਪੁਲਿਸ ਚਲਾ ਰਹੀ ਹੈ। ਕਿਸਾਨ ਆਪਦੇ ਅੰਦੋਲਨ ਦੇ ਨਾਰੇ ਹੁਣ ਕਿਹੜੇ ਹੈਗੇ ਉਹ ਪਹਿਲਾਂ ਵੀ ਤੈਅ ਆ, ਉਹਦੇ 'ਚੋਂ ਇਹ ਆ ਕਿ ਉਹ ਅਸੀਂ ਲਗਾਤਾਰ ਉਹਨੂੰ ਚਲਾਉਣਾ ਵਾ, ਕਿਵੇਂ ਕਰਨੇ, ਉਹਦੇ ਕਿਵੇਂ ਵੰਡ ਕਰਨੀ ਆ, ਉਹ ਕਿਹੜੇ ਕਿਹੜੇ ਬੋਲਣੇ, ਉਹਦੇ ਨਾਲ ਜੁੜੇ ਹੋਏ ਆ। ਉਸ ਤਰ੍ਹਾਂ ਹੁਣ ਜਦੋਂ ਸਟੇਜ ਤੋਂ ਚੱਲਦੇ ਆ, ਉਹ ਹਰ ਵਾਰ ਜਿਹੜੇ ਸਾਡੇ ਆਗੂ ਸਾਹਿਬਾਨ ਆ ਉਹ ਚਲਾ ਰਹੇ ਨਾਰੇ ਉਹੀ ਲਾਉਂਦੇ ਆ, ਉਹ ਲਗਾਤਾਰ ਚੱਲਦੇ ਆ, ਪਰ ਫਿਰ ਵੀ ਉਹਦੇ 'ਚੋਂ ਹੈਗਾ ਕਿ ਸਾਡੇ ਸੰਗਠਿਤ ਕਿਸਾਨ ਵੀ ਆ ਅਤੇ ਜਿਹੜੇ ਕੁਛ ਵੇਖਣ ਵਾਲੇ ਆਏ ਆ ਉਹਨਾਂ ਨੇ ਵੀ ਆਉਣਾ, ਜੋਸ਼ ਦੇ ਨਾਲ ਹਰ ਨਾਰਾ ਬੋਲ ਸਕਦਾ ਵਾ, ਪਰ ਉਹਨੂੰ ਇਹ ਪਤਾ ਹੋਵੇ ਵੀ ਮੈਂ ਨਾਰਾ ਲਾਉਣਾ ਕਿਹੜਾ ਵਾ, ਕਿੱਥੇ ਲੱਗਣਾ ਵਾ, ਇਸ ਕਰਕੇ ਉਹ ਨਾਰੇ ਵੀ ਜਿਹੜੇ ਆ ਉਹਨਾਂ ਦੇ ਨਾਲ ਤਰਤੀਬ ਜਿਹੜੀ ਆ ਉਹ ਤੈਅ ਕੀਤੀ। ਇਸ ਤਰ੍ਹਾਂ ਦਾ ਹੋ ਜਾਂਦਾ ਕੋਈ ਜੋਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਾਰਾ ਲੱਗਿਆ? ਨਾ, ਸਾਡੇ ਮੂੰਹ 'ਚ ਪਾਓ ਜੀ, ਸਾਡਾ ਕੋਈ ਪ੍ਰੋਗਰਾਮ ਨਹੀਂ, ਇਹ ਪੀਸਫੁਲ ਪ੍ਰੋਗਰਾਮ ਚੱਲਣਾ, ਪਲੀਜ਼ ਇੱਦਾਂ ਦਾ ਸਾਡੇ ਮੂੰਹ 'ਚ ਨਾ ਪਾਓ, ਸਾਡੇ ਬੰਦੇ ਨਹੀਂ ਲਾਉਣਗੇ ਨਾਰਾ ਬਾਹਰਲਾ। ਜਿਹੜੇ 3 ਕਾਨੂੰਨ ਵਾਪਸ ਲੈਣ ਦੀ ਡਿਮਾਂਡ ਹੈ ਉਹ ਨਾਰਾ ਤਾਂ ਲਾ ਸਕਦੇ? ਸ਼ਾਂਤਮਈ ਰਹਾਂਗੇ, ਇਹੀ ਟਰਮ ਐਂਡ ਕੰਡੀਸ਼ਨਸ ਹੈਗੀਆਂ, ਸ਼ਾਂਤਮਈ ਰਹਾਂਗੇ, ਉਹਨਾਂ ਦੀ ਵੀ ਇਹੀ ਅਪੀਲ ਹੈ, ਸ਼ਾਂਤਮਈ ਰਹੋ। ਗਾਜ਼ੀਪੁਰ ਵਾਲਾ ਰੂਟ ਸੁਣ ਲਓ ਜੀ, ਅਫਸਰਾ ਬਾਰਡਰ, ਕਿਹੜਾ? ਰੂਟ ਜਿਹੜਾ ਹੈਗਾ ਉਹ 40-50 ਕਿਲੋਮੀਟਰ ਦੇ ਵਿੱਚ ਆ। ਉਹਨਾਂ ਦਾ ਸਰਕਲ ਆ ਜੀ, ਉਨੇ ਸਮੇਂ ਦੇ ਵਿੱਚ ਉਨੇ ਹਿੱਸੇ ਚੋਂ ਉਹਨਾਂ ਨੇ ਉਨੇ ਥਾਂ ਤੋਂ ਉਹ ਘੁੰਮ ਕੇ ਉਧਰ ਨੂੰ ਜਾਣਾ ਜੀ, ਵੱਖਰੇ ਵੱਖਰੇ ਹਿੱਸੇ, ਵੱਖਰੇ ਵੱਖਰੇ ਰੂਟ ਆ। ਜੈਪੁਰ ਬਾਰਡਰ ਦਾ ਵੀ ਹੈ ਜੀ? ਉਹ
ਉਹਨਾਂ ਦਾ ਰੂਟ ਉਹਨਾਂ ਨੇ ਤੈਅ ਕੀਤਾ ਸੀ, ਉਹ ਆਗੂ ਕਹਿੰਦੇ ਸੀ ਅਸੀਂ ਆਪਦਾ ਰੂਟ ਆਪੇ ਉਹ ਤੈਅ ਕਰਕੇ ਉਹਦੇ ਤੋਂ ਦੱਸਾਂਗੇ ਕਿਵੇਂ ਕਰਨਾ। ਬਿਲਕੁਲ ਇਸੇ ਤਰ੍ਹਾਂ ਹੋਏਗਾ, ਕੁਛ ਆਗੂ ਇੱਥੋਂ ਦੇ ਲੀਡ ਕਰਨਗੇ, ਕੁਛ ਟਿੱਕਰੀ ਬਾਰਡਰ ਤੋਂ ਕਰਨਗੇ, ਕੁਛ ਗਾਜ਼ੀਪੁਰ ਬਾਰਡਰ ਤੋਂ, ਪਲਵਲ ਤੋਂ ਕਰਨਗੇ, ਅਲੱਗ ਅਲੱਗ ਡਿਊਟੀਆਂ। ਦੇਖੋ ਜਿਹੜਾ ਅਸੀਂ ਤੈਅ ਕੀਤਾ ਜੋ ਸਾਡੀ ਮੰਗ ਸੀ ਉਹਦੇ ਹਿਸਾਬ ਦੇ ਨਾਲ ਅਸੀਂ ਜਿਹੜਾ ਇਹ ਤੈਅ ਕੀਤਾ ਹੈ। ਪੰਜ ਥਾਵਾਂ ਦੇ 550 ਕਿਲੋਮੀਟਰ ਜਿਹੜਾ ਇਹ ਸਾਰਾ ਪਰੇਡ ਹੋਏਗੀ, ਔਰ 550 ਕਿਲੋਮੀਟਰ ਜਿਹੜਾ ਹੈ ਉਹਦੇ ਵਿੱਚ ਅਸੀਂ, ਇਹ ਤਾਂ ਸਾਡੀ ਆਪਣਾ ਫੈਸਲਾ ਹੈ, ਅਸੀਂ ਜੋ ਮਰਜ਼ੀ ਕਰੀਏ, ਇਹ ਅਧਿਕਾਰ ਸਾਡਾ ਹੈ, ਅਸੀਂ ਕੀ ਕਰਨਾ ਹੈ। ਨਹੀਂ ਉਹ ਇੱਦਾਂ ਤਾਂ ਦੇਖੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਟੇਜ ਦੀ ਗੱਲ ਹੋਰ ਹੁੰਦੀ ਹੈ, ਜਦੋਂ ਤੁਸੀਂ ਕਰਨਾ ਪ੍ਰੈਕਟੀਕਲੀ ਉਹ ਤੁਹਾਡਾ ਆਪਣਾ ਅਧਿਕਾਰ ਹੈ, ਕਿੱਥੇ ਕਰਨਾ ਉਹ ਚੇਂਜ ਕਰਨਾ ਨਾ ਕਰਨਾ ਉਹ ਸਾਡਾ 32 ਜਥੇਬੰਦੀਆਂ ਦਾ ਅਧਿਕਾਰ ਹੈ। ਦੇਖੋ ਇਹ ਤੁਸੀਂ ਚੱਲੇ ਹੋ ਸਾਡੇ ਨਾਲ ਜਿਹੜੇ ਸਵਾਲ ਕਰਦੇ ਹੋ ਢਾਈ ਬਾਈ ਸਵਾਲ ਸਾਡੀ ਬਾਤ ਦੇਖੋ ਇਹਨਾਂ ਦੀ ਗੱਲ ਦਾ ਇੱਕ ਜਵਾਬ ਮੈਂ ਦੇ ਲਾਂ। 2 ਤੋਂ 2.5 ਲੱਖ ਟਰੈਕਟਰ ਜਿਹੜਾ ਆ ਉਹ ਇਸ ਮਾਰਚ ਦੇ ਵਿੱਚ ਪੂਰੇ ਸਾਰੇ ਬਾਰਡਰ ਦੇ ਉੱਤੇ ਸ਼ਾਮਲ ਹੋਣ ਦੀ ਸਾਡੀ ਐਸਟੀਮੇਟ ਹੈਗਾ, ਅਤੇ ਉਹਨਾਂ ਦੇ ਵਿੱਚ ਸਾਨੂੰ ਘੱਟ ਤੋਂ ਘੱਟ 2500 ਕਿਲੋਮੀਟਰ ਚਾਹੀਦਾ ਜੇ ਸਾਰਿਆਂ ਨੂੰ ਅਸੀਂ ਮਾਰਚ ਦੇ ਵਿੱਚ 2500 ਕਿਲੋਮੀਟਰ ਦਿੱਲੀ ਤਾਂ ਹੋ ਨਹੀਂ ਸਕਦੀ, ਤੁਹਾਡੇ ਕੋਲ ਹੈ ਰੋਡ 'ਤੇ ਦੱਸ ਦਿਓ। ਰਿੰਗ ਰੋਡ 200 ਤੋਂ 250 ਕਿਲੋਮੀਟਰ ਸਾਰਾ ਹੈਗਾ, ਸੰਤਾਲੀ ਅਠਤਾਲੀ ਕਿਲੋਮੀਟਰ ਹੈ ਜੀ ਉਹਦੇ ਵਿੱਚ ਮਾਰਚ ਸਾਰਾ ਟਰੈਕਟਰ। ਪਲੀਜ਼ ਇੱਕ ਮਿੰਟ ਸੁਣਿਓ ਜੀ, ਉਹਦੇ ਵਿੱਚ ਮਾਰਚ ਜਿਹੜਾ ਸਾਰੇ ਟਰੈਕਟਰਾਂ ਦਾ ਪ੍ਰੋਪਰ ਨਹੀਂ ਸੀ ਕੱਢਿਆ ਜਾ ਸਕਦਾ, ਸੋ ਇਸ ਕਰਕੇ 5 ਥਾਵਾਂ 'ਤੇ ਪਰੇਡ ਹੋ ਰਹੀ ਹੈ। 550 ਕਿਲੋਮੀਟਰ ਦਾ ਇਹ ਡਿਸਟੈਂਸ ਬਣਦਾ, ਇਹ ਸਾਰਾ ਕੁਝ ਮੈਨੇਜ ਕਰਕੇ ਜੋ ਸਾਨੂੰ ਸੂਟੇਬਲ ਲੱਗਾ ਲੀਡਰਸ਼ਿਪ ਨੂੰ ਅਸੀਂ ਉਹ ਤੈਅ ਕੀਤਾ। ਤਿੰਨ ਤੋਂ ਚਾਰ ਜਾਣੇ ਅਲਾਊਡ ਹੈ ਜੀ, ਤੇ ਉਹ ਉਹਨਾਂ ਦਾ ਸਾਡੇ ਕੋਲ ਬਕਾਇਦਾ ਨੰਬਰ ਹੋਏਗਾ। ਟਰਾਲੀ ਨੀ ਜਾਊ, ਕੋਈ ਟਰਾਲੀ ਨੀ ਜਾਊ, ਕੋਈ ਨੀ ਜਾਊ, ਟਰੈਕਟਰ ਜਾਣ ਕੇ ਥੱਲੇ ਚਾਕੀਆਂ ਵਾਲੇ ਟਰਾਲੇ, ਚਾਕੀਆਂ ਤਾਂ ਜਾਣਗੀਆਂ ਜੀ ਟਰਾਲਿਆਂ ਤੇ। ਹਰ ਇੱਕ ਬੰਦਾ ਇਹ ਖਿਆਲ ਰੱਖੂਗਾ ਵੀ ਉਹਦੇ ਜਾਣਕਾਰ ਬੰਦੇ ਹੋਣ, ਐਵੇਂ ਕੋਈ ਬਾਹਰੋਂ ਆ ਕੇ ਵਿੱਚ ਉਹਦੇ ਐਂਟਰ ਨਾ ਕਰ। ਵਲੰਟੀਅਰ ਤਾਂ 3000 ਹੋਰ ਵੀ ਆ ਜਾਣਗੇ ਵੱਧ ਤੋਂ ਵੱਧ ਹੋਣਗੇ, ਔਰ ਬਕਾਇਦਾ ਉਹਨਾਂ ਦੀਆਂ ਗ੍ਰੀਨ ਕਲਰ ਦੀਆਂ ਜੈਕਟਾਂ ਹੋਣਗੀਆਂ। 3000 ਫੰਕਸ਼ਨ ਕਰਨਗੇ, ਰਿਜ਼ਰਵ ਕਿੰਨੇ ਹੋਣਗੇ ਉਹਦੇ ਬਾਰੇ ਉਹ ਨਹੀਂ ਦੱਸਿਆ ਜਾਊਗਾ। ਦੇਖੋ ਇਹ ਗੱਲ ਇਸ ਵੇਲੇ ਮੈਟਰ ਨਹੀਂ ਕਰਦੀ ਵੀ ਉਹ ਕਾਹਦਾ ਹਵਾਲਾ, ਸਾਨੂੰ ਇਹ ਸੀ ਕਿ ਅਸੀਂ ਅੱਗੇ ਦਿੱਲੀ ਦੇ ਵਿੱਚ ਪਰੇਡ ਕਰਨੀ ਹੈ, ਅਤੇ ਪੁਲਿਸ ਦੇ ਜਿਹੜਾ ਪ੍ਰਸ਼ਾਸਨ ਹੁੰਦਾ ਹਮੇਸ਼ਾ ਕੋਈ ਨਾ ਕੋਈ ਗੱਲਬਾਤ ਦਾ ਕੋਈ ਉਡੀਕਾ ਕੇ ਇਸ ਤਰ੍ਹਾਂ ਦਾ ਡਾਉਂਦਾ ਹੁੰਦਾ, ਪਰ ਅੱਜ ਜਿਨ੍ਹਾਂ ਨੇ ਬੈਰੀਕੇਡ ਰੱਖੇ ਸੀ ਉਹ ਆਪਣੇ ਆਪ ਹੀ ਚੱਕ ਕੇ ਤੁਹਾਨੂੰ ਰਾਹ ਦੇਣਗੇ, ਇਹ ਬਹੁਤ ਵੱਡੀ ਗੱਲ ਹੈ। ਰਿਪੋਰਟ ਤਾਂ ਇਹ ਵੀ ਆ ਰਹੀਆਂ ਕਿ ਸਰਕਾਰੀ ਸ਼ਰਾਰਤੀ ਅਨਸਰ ਵੀ ਇੱਥੇ ਵੜ ਕੇ ਸਾਰਾ ਕੁਝ ਕਰ ਸਕਦੇ, ਪੁਲਿਸ ਦੀਆਂ ਵਰਦੀਆਂ 'ਚ ਵੀ ਕਰ ਸਕਦੇ ਆ, ਰਿਪੋਰਟਾਂ ਦੋਨੇ ਬੰਨੇ ਹੁੰਦੀਆਂ। ਇਹ ਸਾਰਾ ਕੁਝ ਪ੍ਰਸ਼ਾਸਨ ਨੇ ਆਪਣੀ ਜਗ੍ਹਾ ਹੈਂਡਲ ਕਰਨਾ, ਸਾਡੇ ਵਲੰਟੀਅਰ ਸਾਡੇ ਨੇਤਾ ਸਾਰੇ ਅਸੀਂ ਸਾਰੇ ਲੀਡਰ ਸਾਹਿਬਾਨ ਸਾਰੀ ਚਿੰਤਤ ਹਾਂ, ਅਸੀਂ ਆਪਣੀ ਜਗ੍ਹਾ ਕਰਾਂਗੇ।
ਦੇਖੋ ਨਹੀਂ ਉਹ ਆਪਣੀ ਜਗ੍ਹਾ ਡਿਊਟੀ ਕਰਨਗੇ ਪਰ ਪਰੇਡ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇੱਕ ਝਾਕੀਆਂ ਦਾ ਤੁਸੀਂ ਕਹਿ ਉਹ ਤੁਹਾਡੇ ਵੱਲੋਂ ਪ੍ਰਵਾਨਿਤ ਜਿਹੜੀਆਂ ਹੋਣਗੀਆਂ ਉਹੀ ਹੋਣਗੀਆਂ ਕਿਉਂਕਿ ਬਹੁਤ ਸਾਰੀਆਂ ਪਿੱਛੇ ਅਸੀਂ ਦੇਖ ਕੇ ਆਏ ਲੋਕ ਨਾ ਟਰਾਲੀਆਂ 'ਚ ਕੁਛ ਇੱਕ ਆਪਦੇ ਤੌਰ 'ਤੇ ਝਾਕੀਆਂ ਬਣਾ ਕੇ ਲਿਆਏ ਆ ਤੁਸੀਂ ਕਹਿ ਕੇ ਟਰਾਲੀਆਂ ਨਹੀਂ ਜਾਣਗੀਆਂ ਫਿਰ ਉਹਨਾਂ ਨੂੰ ਉਹ ਅਲਾਊਡ ਹੋਣਗੀਆਂ ਜਾਂ ਨਹੀਂ ਹੋਣਗੀਆਂ ਜਿਹੜੀ ਆਪਦੇ ਤੌਰ 'ਤੇ ਰਾਜੇਵਾਲ ਸਾਹਿਬ ਬਣਾ ਲਿਆ ਇਹ ਝਾਕੀਆਂ ਲੋਕ ਨਹੀਂ ਉਹ ਦੇਖ ਕੇ ਅਲਾਓ ਕਰਾਂਗੇ ਉਸ ਮੌਕੇ 'ਤੇ ਇਸ ਤਰ੍ਹਾਂ ਨਹੀਂ ਪਤਾ ਹਾਲੇ ਸਾਰੇ ਸਿਰੇ ਤੱਕ ਸਾਡੇ ਕੋਲ ਤਾਂ ਜਾਇਆ ਨਹੀਂ ਗਿਆ ਹੁਣ ਇਸ ਵੇਲੇ ਤੱਕ ਪਾਣੀਪਤ 'ਤੇ ਹੀ ਬਲੋਕ ਹੋ ਗਈ ਸਾਰੀ ਸੜਕ ਨਹੀਂ ਉਹ ਜੇ ਉਹ ਇੱਦਾਂ ਨਹੀਂ ਐਵੇਂ ਜਿਹੜੀ ਸਾਡੀ ਜਿਹੜੀ ਸਾਡੀ ਪਾਲਿਸੀ ਦੇ ਵਿੱਚ ਨਹੀਂ ਹੋਏਗੀ ਉਹਨੂੰ ਅਸੀਂ ਬਾਹਰ ਕੱਢ ਦਿਆਂਗੇ ਉਹਨੂੰ ਕਰ ਦਿਓ ਦੇਖੋ ਅੰਦੋਲਨ ਦੇ ਡਿਸਿਪਲਨ ਦੇ ਵਿੱਚ ਰਹਿ ਕੇ ਜੇ ਕੋਈ ਸਾਥ ਦੇਣਾ ਚਾਹੁੰਦਾ ਤਾਂ ਜੀ ਆਇਆਂ ਨੂੰ ਜੀ ਹਾਲੇ ਤੱਕ ਉਹਨਾਂ ਨੇ ਸਾਡਾ ਰਾਬਤਾ ਐਡਾ ਨਹੀਂ ਕੀਤਾ ਕਿ ਉਹ ਵਲੰਟੀਅਰਲੀ ਕੰਮ ਕਰਨਗੇ ਪਰ ਕੋਈ ਵੀ ਤਬਕਾ ਸਾਡਾ ਕੋਈ ਵੀ ਜਿਹੜਾ ਇਸ ਦੇਸ਼ ਦਾ ਨਾਗਰਿਕ ਆ ਕਿਸਾਨੀ ਅੰਦੋਲਨ ਦੇ ਨਾਲ ਇੱਕ ਸਹਿਯੋਗ ਦੇਣਾ ਚਾਹੁੰਦਾ ਜੀ ਆਇਆਂ ਨੂੰ ਜੀ ਉਹ ਕਰ ਸਕਦੇ ਦੇਖੋ ਸੰਯੁਕਤ ਮੋਰਚੇ ਵੱਲੋਂ ਅਪੀਲ ਹੈ ਕਿ ਜਿਹੜੇ ਗਾਣੇ ਜਿਸ ਤਰ੍ਹਾਂ ਦੇ ਟਰੈਕਟਰਾਂ 'ਤੇ ਵੱਜਦੇ ਆ ਉਹ ਆਮ ਜਿਹੜੇ ਅਸੀਂ ਗਾਣੇ ਸੁਣਦੇ ਹਾਂ ਉਹ ਨਹੀਂ ਹੋਣੇ ਚਾਹੀਦੇ ਕਿਸਾਨੀ ਦੇ ਨਾਲ ਕਿਸਾਨੀ ਸੰਘਰਸ਼ ਦੇ ਨਾਲ ਜਾਂ ਦੇਸ਼ ਭਗਤੀ ਦੇ ਗਾਣੇ ਜਿਹੜੇ ਆ ਉਹ ਚੱਲਣੇ ਚਾਹੀਦੇ ਅਪੀਲ ਹੈ ਮੈਂ ਇੱਕ ਮੈਂ ਤੁਹਾਡੇ ਰਾਹੀਂ ਖਾਸ ਅਪੀਲ ਕਰਨੀ ਹੈ ਫੇਰ ਉਹ ਇਹ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਕਲੇਮ ਕਰਦੇ ਹਾਂ ਅਸੀਂ ਸ਼ਾਂਤਮਈ ਰਹੇ ਸ਼ਾਂਤਮਈ ਹਾਂ ਸ਼ਾਂਤਮਈ ਰਹਾਂਗੇ ਜਿਹੜੇ ਕਿਸਾਨ ਜਾਂ ਲੋਕ ਇਸ ਪਰੇਡ 'ਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਸ਼ਾਂਤਮਈ ਰਹਿਣ ਦੀ ਨਾਲ ਹੀ ਇਹ ਵੀ ਉਹਨਾਂ ਨੂੰ ਚੌਕਸ ਕਰਨ ਵਾਸਤੇ ਹੈ ਵੀ ਜੇ ਤਾਂ ਸ਼ਾਂਤਮਈ ਰਹਾਂਗੇ ਤਾਂ ਤੁਹਾਡੀ ਜਿੱਤ ਹਰ ਹਾਲ 'ਚ ਹੋਏਗੀ ਜੇ ਹਿੰਸਾ ਆ ਗਈ ਤਾਂ ਸਰਕਾਰ ਦੀ ਜਿੱਤ ਹੋਏਗੀ ਸਾਡੀ ਹਾਰ ਹੋਏਗੀ ਜੇ ਜਿਹੜੇ ਇੱਥੇ ਆਏ ਨੇ ਕਿਸਾਨ ਟਰੈਕਟਰ ਆਏ ਨੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਣ ਪੂਰਾ ਚੌਕਸੀ ਨਾਲ ਕੋਈ ਤੁਹਾਡੇ ਇਸ ਪਰੇਡ ਨੂੰ ਡਿਸਟਰਬ ਨਾ ਕਰ ਸਕੇ ਹਰੇਕ ਜਿਹੜਾ ਕਿਸਾਨ ਹੈ ਉਹ ਇੱਕ ਸਿਪਾਹੀ ਬਣ ਕੇ ਜਥੇਬੰਦੀਆਂ ਦਾ ਇਸ ਗੱਲ ਦਾ ਖਿਆਲ ਰੱਖੇ ਇਹ ਪੂਰਨ ਤੌਰ ਤੇ ਸ਼ਾਂਤਮਈ ਹੋਏਗਾ ਉਹ ਇਹ ਮਾੜੀ ਗੱਲ ਹੋਈ ਆ ਸਾਡਾ ਉਹਦੇ ਨਾਲ ਬਹੁਤ ਮਾੜੀ ਗੱਲ ਆ ਉਹਦੀ ਨਿੰਦਾ ਕਰਦੇ ਆ ਪਰ ਸਾਡਾ ਇਹ ਪ੍ਰੋਗਰਾਮ ਨਹੀਂ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕੋਈ ਇੰਡੀਵਿਜੁਅਲ ਕੋਈ ਗੁੱਸੇ 'ਚ ਕੁਝ ਕਰਦਾ ਪਰ ਫਿਰ ਵੀ ਇਹ ਬਹੁਤ ਮਾੜੀ ਘਟਨਾ ਅਸੀਂ ਇਸ ਤਰ੍ਹਾਂ ਦੇ ਬਿਹੇਵੀਅਰ ਨੂੰ ਬਿਲਕੁਲ ਅਸੀਂ ਪਸੰਦ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ